ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ, ਉਹਨਾਂ ਦਾ ਪਾਵਨ ਇਤਿਹਾਸ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਇਹ ਅਸੀਂ ਸਾਰੇ ਹੀ ਜਾਣਦੇ ਹਾਂ, ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ 9 ਖੰਡ ਪ੍ਰਿਥਵੀ ਦਾ ਭਰਮਣ ਕੀਤਾ ਅਤੇ ਆਪਣੇ ਸਿੱਖਾਂ ਨੂੰ ਗੁਰਬਾਣੀ ਦੀ ਦਾਤ ਬਖਸ਼ੀ ਆ। ਗੁਰੂ ਜੀ ਨੇ ਇਤਨੇ ਲੋਕਾਂ ਨੂੰ ਤਾਰ ਦਿੱਤਾ। ਵਿਦਵਾਨ ਕਹਿੰਦੇ ਆ ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ ਕਿ ਆਸਮਾਨ ਦੇ ਤਾਰੇ ਤਾਂ ਹੋ ਸਕਦਾ ਵੀ ਕੋਈ ਇੰਨਾ ਕਲਾਵਾਨ ਹੋਵੇ ਗਿਣ ਦੇਵੇ, ਪਰ ਜਿਨ੍ਹਾਂ ਜਿਨ੍ਹਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਬਾਬਾ ਸ਼੍ਰੀ ਚੰਦ ਜੀ ਉਹਨਾਂ ਨੂੰ ਲੈ ਕੇ ਕੁਝ ਸਿੱਖਾਂ ਦੇ ਮਨ ਵਿੱਚ ਸਵਾਲ ਵੀ ਹੈਗੇ ਆ। ਇਸ ਤਰ੍ਹਾਂ ਦੇ ਸਵਾਲ ਹਨ ਉਹਨਾਂ ਦੇ ਮਨ ਦੇ ਅੰਦਰ ਕਿ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਹਰ ਹੋ ਕੇ ਚੱਲੇ ਆ, ਉਹਨਾਂ ਨੇ ਬਚਨ ਨਹੀਂ ਸੀ ਮੰਨਿਆ। ਪਰ ਇੱਥੇ ਜਿਹੜੀ ਇਹ ਸਾਖੀ ਮੈਂ ਆਪ ਜੀ ਨੂੰ ਸਰਵਣ ਕਰਵਾਉਣੀ ਆ, ਉਹਦੇ ਵਿੱਚੋਂ ਆਪ ਜੀ ਦੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਕਿ ਬਾਬਾ ਸ਼੍ਰੀ ਚੰਦ ਜੀ ਕਿਸ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਨੂੰ ਸੰਭਾਲ ਕੇ ਚੱਲਦੇ ਰਹੇ ਆ। ਸਿੱਖੀ ਸਿਧਾਂਤਾਂ ਤੋਂ ਬਾਹਰ ਨਹੀਂ ਸੀਗੇ, ਉਹ ਗੱਲ ਵੱਖਰੀ ਆ ਕਿ ਗੱਦੀ ਤਾਂ ਇੱਕ ਨੂੰ ਹੀ ਮਿਲਣੀ ਹੁੰਦੀ ਆ। ਤਾਂ ਆਓ ਜੀ, ਗੁਰੂ ਨਾਨਕ ਸਾਹਿਬ ਜੀ ਦਾ ਜਸ ਪ੍ਰਤਾਪ ਸਾਰੇ ਭਾਰਤ ਵਿੱਚ ਜਦੋਂ ਫੈਲ ਗਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਨੂੰ ਤਾਂ ਗੁਰੂ ਸਾਹਿਬ ਜੀ ਨੂੰ ਹਿੰਦੂ ਵੀ ਪਿਆਰ ਕਰਦੇ ਆ, ਮੁਸਲਮਾਨ ਵੀ। ਗੁਰੂ ਨਾਨਕ ਸਾਹਿਬ ਜੀ ਨੂੰ ਕੁਝ ਲੋਕ ਕਹਿੰਦੇ ਸੀ ਹਿੰਦੂਓਂ ਕੇ ਗੁਰੂ, ਮੁਸਲਮਾਨੋਂ ਕੇ ਪੀਰ, ਨਾਨਕ ਸ਼ਾਹ ਫਕੀਰ। ਇਹ ਤਾਂ ਸਾਡੇ ਗੁਰੂ ਨਾਨਕ ਸ਼ਾਹ, ਬਾਬਾ ਨਾਨਕ ਸ਼ਾਹ ਫਕੀਰ ਨੇ। ਗੁਰੂ ਜੀ ਦੇ ਪਿਆਰ ਵਿੱਚ ਬਹੁਤ ਸੰਗਤਾਂ ਆਉਂਦੀਆਂ। ਇਸ ਤਰ੍ਹਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ, ਕਰਤਾਰਪੁਰ ਸਾਹਿਬ ਲੋਕ ਆਉਂਦੇ ਆ ਅਤੇ ਉਹਨਾਂ ਨੂੰ ਪਤਾ ਲੱਗਦਾ ਗੁਰੂ ਸਾਹਿਬ ਜੀ ਤਾਂ ਚਲੇ ਗਏ, ਸੱਚਖੰਡ ਗਮਨ ਹੋ ਗਏ ਹਨ, ਜੋਤੀ ਜੋਤ ਸਮਾ ਗਏ ਆ। ਫਿਰ ਉਹ ਅਸਥਾਨ ਨੂੰ ਆ ਕੇ ਮੱਥਾ ਟੇਕਦੇ ਆ ਅਤੇ ਕਹਿੰਦੇ ਨੇ ਕਰਤਾਰਪੁਰ ਤਾਂ ਕਰਤਾ ਹੀ ਵੱਸਦਾ, ਰੱਬ ਹੀ ਵੱਸਦਾ। ਹੁਣ ਗੱਦੀ ਦੇ ਵਾਰਸ ਗੁਰੂ ਅੰਗਦ ਦੇਵ ਜੀ ਹਨ, ਉਹਨਾਂ ਦੇ ਆ ਕੇ ਦਰਸ਼ਨ ਕਰਦੇ ਆ। ਸੰਗਤਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਅੰਗਦ ਦੇਵ ਜੀ ਗੱਦੀ 'ਤੇ ਸੱਜ ਗਏ ਹਨ, ਉਹਨਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਆਈਆਂ। ਉਹਨਾਂ ਸੰਗਤਾਂ ਵਿੱਚ ਇੱਕ ਸਿੱਖ ਵੀ ਆਇਆ, ਉਹ ਧਨੀ ਪੁਰਸ਼ ਸੀ, ਅੱਗੇ ਵੀ ਆਉਂਦਾ ਸੀ, ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਲਿਆਉਣਾ, ਜਿਵੇਂ ਕਿ ਆਪਾਂ ਹੁਣ ਵੀ ਸਿੱਖ ਜਿਹੜੇ ਆ ਸੱਚੇ ਸਿੱਖ ਦਸਵੰਧ ਕੱਢਦੇ ਆ, ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਲੇਖੇ ਲਾਉਂਦੇ ਆ। ਇਸ ਤਰ੍ਹਾਂ ਉਹ ਸਿੱਖ ਦੇ ਮਨ ਵਿੱਚ ਸੀ ਭਾਵਨਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਭੇਟਾ ਕਰਾਂਗਾ। ਹੁਣ ਵੀ ਆਇਆ, ਪਤਾ ਲੱਗਿਆ ਕਿ ਗੁਰੂ ਜੀ ਤਾਂ ਜੋਤੀ ਜੋਤ ਸਮਾਏ ਆ, ਪਰ ਦੂਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਗੁਰਿਆਈ ਹੋਣ ਦਾ ਜ਼ਿਕਰ ਸਾਰਾ ਸੁਣ ਲਿਆ, ਕਿਵੇਂ ਉਹਨਾਂ ਦੀ ਪਰਖ ਹੋਈ ਆ, ਕਿਵੇਂ ਪ੍ਰੀਖਿਆ 'ਚੋਂ ਪਾਸ ਹੋਏ ਆ, ਕਿਵੇਂ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਬਣੇ ਆ। ਇਹ ਸਿੱਖ ਦੇ ਮਨ ਦੇ ਵਿੱਚ ਕੁਝ ਸੰਸਾ ਜਿਹਾ ਹੋਇਆ, ਟੁਰਨ ਵੇਲੇ ਸੋਚਣ ਲੱਗਾ ਇਉਂ ਕਰਦਾ, ਥੋੜ੍ਹੇ ਪੈਸੇ ਇੱਥੇ ਦੇ ਲੰਗਰ ਲਈ, ਬਾਬਾ ਸ਼੍ਰੀ ਚੰਦ ਜੀ ਅੱਗੇ ਵੀ ਮੱਥਾ ਟੇਕ ਚੱਲਦਾ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਨੇ, ਮਨ 'ਚ ਸੋਚ ਲਿਆ ਵੀ ਥੋੜ੍ਹੇ ਜਿਹੇ ਪੈਸੇ ਇੱਥੇ ਦੇ ਦੂੰਗਾ, ਬਾਕੀ ਜਿਹੜੀ ਗੱਦੀ ਦੇ ਵਾਰਸ ਆ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਹੀ ਮੱਥਾ ਟੇਕੂੰਗਾ। ਅਤੇ ਪਤਾ ਲੱਗਿਆ ਉਹ ਖਡੂਰ ਸਾਹਿਬ ਵਸੇ ਆ ਜਾ ਕੇ, ਉੱਥੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਆ।
ਮੈਂ ਤਾਂ ਹੁਣ ਉੱਥੇ ਹੀ ਜਾਵਾਂਗਾ। ਪਰ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਆ, ਚਲੋ ਬਾਬਾ ਸ਼੍ਰੀ ਚੰਦ ਜੀ ਇਹ ਬੰਦਗੀ ਕਰਦੇ ਆ, ਤਪੱਸਿਆ ਕਰਦੇ ਆ, ਥੋੜ੍ਹੀ ਬਹੁਤੀ ਮਾਇਆ ਇਹਨਾਂ ਨੂੰ ਦੇ ਦਿੰਦਾ। ਪਰ ਦਿਲ ਦੇ ਵਿੱਚ ਇੱਕ ਤਰ੍ਹਾਂ ਦਾ ਸ਼ੰਕਾ ਸੀਗਾ ਕਿ ਬਾਬਾ ਸ਼੍ਰੀ ਚੰਦ ਜੀ ਕੋਲ ਕਿਹੜਾ ਗੱਦੀ ਹੈ, ਇਹ ਤਾਂ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਆ, ਤਾਂ ਚਲੋ ਥੋੜ੍ਹਾ ਬਹੁਤਾ ਇਹਨਾਂ ਨੂੰ ਵੀ ਮਾਇਆ ਭੇਟ ਕਰ ਦਿੰਦਾ। ਇਹਦੇ ਹੁਣ ਮਨ ਦੀ ਕਲਪਨਾ ਜਦੋਂ ਹੀ ਇਹਨੇ ਬਣਾਈ ਹੈ, ਘਰੋਂ ਤੁਰਿਆ ਉਦੋਂ ਹੀ ਬਾਬਾ ਸ਼੍ਰੀ ਚੰਦ ਜੀ ਨੇ ਜਾਣ ਲਿਆ ਵੀ ਕੋਈ ਸਿੱਖ ਆ ਰਿਹਾ। ਹੁਣ ਇਹਨੂੰ ਇਉਂ ਸੀ ਵੀ ਬਾਬਾ ਸ਼੍ਰੀ ਚੰਦ ਜੀ ਵਿੱਚ ਸ਼ਕਤੀ ਨਹੀਂ, ਸ਼ਕਤੀ ਸਿਰਫ ਗੱਦੀ ਵਾਲੇ ਵਾਰਸ ਕੋਲ ਹੀ ਹੁੰਦੀ ਆ। ਇਹਨੂੰ ਪਤਾ ਨਹੀਂ ਸੀ ਕਿ ਬਾਬਾ ਜੀ ਦੀ ਬੰਦਗੀ ਨਹੀਂ ਕੇਵਲ, ਉਹਨਾਂ ਦੇ ਅੱਗੇ ਤਾਂ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਨੇ। ਇਸ ਕਰਕੇ ਜਦੋਂ ਆਇਆ ਬਾਬਾ ਸ਼੍ਰੀ ਚੰਦ ਜੀ ਨੇ ਫੁਰਨਾ ਇਹਦਾ ਪੜ੍ਹ ਲਿਆ ਸੀ। ਅਤੇ ਅਕਸਰ ਹੀ ਜਦੋਂ ਵੀ ਕਿਸੇ ਸਿੱਖ ਨੇ ਆਉਣਾ, ਇਹ ਬਹੁਤ ਵੱਡੀ ਗੱਲ ਆ, ਬਾਬਾ ਸ਼੍ਰੀ ਚੰਦ ਜੀ ਆਏ ਹੋਏ ਸਿੱਖਾਂ ਨੂੰ ਥਾਪੀ ਦਿੰਦੇ ਹੁੰਦੇ ਸੀ, ਬਹੁਤ ਪਿਆਰ ਕਰਦੇ ਸੀ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋ। ਜਦੋਂ ਇਤਿਹਾਸ ਨੂੰ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿ ਉਦਾਸੀਨ ਸੰਪਰਦਾਵਾਂ ਦੇ ਜਿਹੜੇ ਇਹ ਅੱਗੇ ਅੱਗੇ ਪੀੜ੍ਹੀ ਚੱਲੀ ਆ ਜਾਂ ਵਾਰਸ ਚੱਲੇ ਆ, ਇਹਨਾਂ ਨੇ ਬਹੁਤ ਪ੍ਰਚਾਰ ਕੀਤਾ ਸਿੱਖੀ ਦਾ। ਜਦੋਂ ਸਿੰਘਾਂ ਨੂੰ ਜੰਗਲਾਂ ਵਿੱਚ ਜਾ ਕੇ ਰਹਿਣਾ ਪੈ ਗਿਆ, ਉਦੋਂ ਉਦਾਸੀਨ ਮਤ ਦੇ ਸਾਧੂ ਪ੍ਰਚਾਰ ਕਰਦੇ ਰਹੇ ਆ, ਭਾਵੇਂ ਗੁਪਤ ਰੂਪ ਵਿੱਚ ਹੀ ਆ। ਇਸ ਤਰ੍ਹਾਂ ਨਿਰਮਲੇ ਵੀ ਪ੍ਰਚਾਰ ਕਰਦੇ ਰਹੇ, ਪਰ ਬਾਅਦ ਵਿੱਚ ਜਾ ਕੇ ਜਦੋਂ ਹੁੰਦਾ ਵੀ ਕੁਝ ਲੋਕ ਭ੍ਰਿਸ਼ਟ ਹੋ ਜਾਂਦੇ ਆ, ਜਿਵੇਂ ਮਸੰਦ ਹੋ ਗਏ ਸੀ, ਉਹ ਸਾਰੇ ਤਾਂ ਨਹੀਂ ਨਾ ਮਾੜੇ ਹੁੰਦੇ। ਪਹਿਲਾਂ ਵਾਲੇ ਮਸੰਦਾਂ ਦਾ ਤੁਸੀਂ ਪੜ੍ਹ ਕੇ ਦੇਖੋ ਕਿੱਡੀ ਵੱਡੀ ਦੇਣ। ਐਵੇਂ ਬਾਬਾ ਸ਼੍ਰੀ ਚੰਦ ਜੀ ਦਾ ਇਹ ਪੱਖ ਨਹੀਂ ਦੇਖਣਾ ਚਾਹੀਦਾ ਸਾਨੂੰ, ਕਈ ਵਾਰੀ ਅਸੀਂ ਇੱਕ ਪੱਖ ਹੀ ਦੇਖ ਲੈਂਦੇ ਹਾਂ। ਇਹ ਦੇਖੋ ਕਿੰਨਾ ਸਤਿਕਾਰ ਕਰਦੇ ਸੀ, ਅਤੇ ਸਾਰੇ ਗੁਰੂ ਸਾਹਿਬਾਨ ਬਾਬਾ ਜੀ ਦਾ ਸਤਿਕਾਰ ਕਰਦੇ ਰਹੇ, ਕਿਉਂ ਇਹ ਗੁਰੂ ਪੁੱਤਰ ਨੇ, ਇਹਨਾਂ ਨੂੰ ਮਾਇਆ ਦੀ ਭੇਟ ਦਿੰਦੇ ਰਹੇ ਆ। ਗੁਰੂ ਰਾਮਦਾਸ ਜੀ ਤਾਂ ਉਹਨਾਂ ਨੇ ਤਾਂ ਉਹਨਾਂ ਦੀ ਨਿਮਰਤਾ ਦੇਖੋ, ਆਪਣੇ ਦਾੜੇ ਨਾਲ ਇਹਨਾਂ ਦੇ ਚਰਨ ਸਾਫ਼ ਕਰਨੇ ਕੀਤੇ ਆ, ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹੋਣਾ ਕੋਈ ਛੋਟੀ ਗੱਲ ਨਹੀਂ ਆਪਣੇ ਆਪ ਦੇ ਵਿੱਚ। ਤਾਂ ਇਸ ਤਰ੍ਹਾਂ ਕਈ ਵਾਰੀ ਅਸੀਂ ਛੋਟਾ ਕਰ ਦਿੰਦੇ ਹਾਂ, ਇਹ ਅਸਲ ਦੇ ਵਿੱਚ ਸਾਡੀ ਸੋਚ ਹੀ ਆ। ਤਾਂ ਰਹੋ ਵਿਚਾਰ, ਉਦੋਂ ਫਿਰ ਉਹਦੇ ਮਨ ਦੀ ਕਲਪਨਾ ਨੂੰ ਬਾਬਾ ਜੀ ਨੇ ਜਾਣਿਆ, ਅਤੇ ਉਹਨੂੰ ਥਾਪੀ ਨਹੀਂ ਦਿੱਤੀ ਉਸ ਵਕਤ, ਸਿਰਫ ਉਹਦੀ ਜਿਹੜੀ ਢੂਈ ਸੀ ਅਤੇ ਪਿੱਠ ਸੀ ਉਹਦੇ ਉੱਪਰ ਆਪਣਾ ਸਿਰਫ ਅੰਗੂਠਾ ਹੀ ਰੱਖਿਆ ਇੱਕ, ਅਤੇ ਇੰਨਾ ਉਹਨੂੰ ਲੱਗਾ ਵੀ ਵਜ਼ਨਦਾਰ ਆ, ਅੰਗੂਠੇ ਦਾ ਵਜ਼ਨ ਹੀ ਇੰਨਾ ਹੋ ਗਿਆ ਵੀ ਸਿੱਖ ਮੱਥਾ ਤਾਂ ਟੇਕਤਾ ਉਹਨੇ, ਉੱਠ ਨਹੀਂ ਸਕਿਆ, ਮਾਨੋ ਜ਼ਮੀਨ ਦੇ ਨਾਲ ਹੀ ਜਕੜਿਆ ਗਿਆ ਜਿਵੇਂ ਚੁੰਬਕ ਹੁੰਦਾ। ਹੁਣ ਦੇਖੋ ਸਾਧ ਸੰਗਤ ਜੀ, ਇਹ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਆ ਵੀ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ, ਕਿਉਂਕਿ ਉਹਦੇ ਦਿਲ ਦੇ ਵਿੱਚ ਸ਼ੰਕਾ ਸੀ, ਉਹਦਾ ਸ਼ੰਕਾ ਦੂਰ ਕਰਨਾ ਸੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਵੱਖਰੇ ਨਹੀਂ, ਉਹ ਸਾਡੇ ਨੇ ਅਸੀਂ ਉਹਨਾਂ ਦੇ ਹਾਂ, ਗੁਰੂ ਅੰਗਦ ਦੇਵ ਜੀ ਸਾਡੇ ਨੇ ਅਸੀਂ ਉਹਨਾਂ ਦੇ ਹਾਂ, ਇਹ ਕਹਿਣਾ ਸੀ ਉਹਨਾਂ ਨੇ। ਤਾਂ ਇਹ ਇਸ ਤਰ੍ਹਾਂ ਜਦੋਂ ਉੱਠਿਆ ਨਾ ਜਾਵੇ, ਫਿਰ ਬਾਬਾ ਬੁੱਢਾ ਜੀ ਅਤੇ ਸਿੱਖਾਂ ਨੇ ਐਸਾ ਹੋਣ ਦਾ ਕਾਰਨ ਪੁੱਛਿਆ, ਉਹ ਸਿੱਖ ਨੇ ਸਾਰਾ ਕੁਝ ਸੱਚ ਦੱਸਿਆ, ਬਾਬਾ ਜੀ ਨੇ ਖਿਮਾ ਕੀਤੀ, ਅੰਗੂਠਾ ਫਿਰ ਸੁਹਾਇਆ, ਉਠਾ ਕੇ ਖੜ੍ਹਾ ਕਰ ਦਿੱਤਾ ਉਹਨੂੰ, ਅਤੇ ਸੰਗਤ ਪ੍ਰਥਾਏ ਗੁਰੂ ਲੰਗਰਾਂ ਦੀ ਮਹੱਤਤਾ ਪ੍ਰਗਟਾਉਣ ਦਾ ਉਪਦੇਸ਼ ਸੁਣਾਇਆ। ਕਹਿਣ ਲੱਗੇ ਦੇਖੋ ਜੀ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਕਾ ਲੰਗਰ ਚੱਲਦਾ, ਇਹ ਗੁਰੂ ਪਿਤਾ ਜੀ ਨੇ 20 ਰੁਪਈਆਂ ਦਾ, 20 ਰਜਤਪਣ ਕਰੰਸੀ ਚੱਲਦੀ ਸੀ ਵੈਸੇ ਉਦੋਂ, ਜੇ ਆਪਾਂ 20 ਰਜਤਪਣ ਕਹਿ ਦਈਏ ਪਤਾ ਨਹੀਂ ਲੱਗਦਾ, ਫਿਰ ਉਹ ਕਥਾ ਦੇ ਵਿੱਚ 20 ਰੁਪਈਏ ਕਹਿਣਾ ਪੈਂਦਾ, ਕਿਉਂਕਿ ਰੁਪਈਏ ਤਾਂ ਬਾਅਦ ਵਿੱਚ ਕਰੰਸੀ ਆਈ ਆ, ਪਹਿਲਾਂ ਦਿਨਾਰ ਚੱਲਦੇ ਰਹੇ ਆ, ਆਨੇ ਚੱਲਦੇ ਰਹੇ ਆ। ਸਾਧ ਸੰਗਤ ਜੀ,
ਤਾਂ ਰੱਜ ਤਪਣ ਕਰੰਸੀ ਸੀ ਗੁਰੂ ਨਾਨਕ ਦੇਵ ਜੀ ਵੇਲੇ ਇਹ ਚਾਂਦੀ ਦੇ ਛੋਟੇ ਛੋਟੇ ਸਿੱਕੇ ਹੁੰਦੇ ਸੀ ਇਹ ਰੱਜ ਤਪਣ ਤਾਂ 20 ਰੱਜ ਤਪਣ ਦਾ ਸੱਚਾ ਸੌਦਾ ਕੀਤਾ ਸੀ ਸੰਤ ਰੇਣ ਅਤੇ ਭੁੱਖੇ ਸਾਧੂ ਉਹ ਉਹਨਾਂ ਦੇ ਮੁਖੀ ਸੀ ਸੰਤ ਰੇਣ ਉਹਨਾਂ ਨੂੰ ਭੋਜਨ ਛਕਾਇਆ ਸੀ ਉਹ ਰੱਬੀ ਭਾਣੇ 'ਚ ਰਹਿੰਦੇ ਸੀ ਅਤੇ ਉਹ ਲੰਗਰ ਹੀ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਅੱਜ ਤੱਕ ਚੱਲ ਰਿਹਾ ਇਹ ਕਰਤਾਰ ਪੁਰਖ ਦੇ ਹੁਕਮ ਦੇ ਨਾਲ ਹੀ ਆ ਕਰਤਾ ਪੁਰਖ ਇਹ ਗੁਰੂ ਦੀ ਥਾਪੀ ਆ ਗੁਰੂ ਪਿਤਾ ਜੀ ਦੀ ਇਹ ਲੰਗਰ ਉਹਨਾਂ ਦਾ ਜਾਰੀ ਕੀਤਾ ਉਹਨਾਂ ਨੇ ਚਲਾਉਣਾ ਇਹ ਸੋਚ ਲੈਣਾ ਵੀ ਮੇਰੇ ਦਿੱਤੇ ਹੀ ਸਭ ਕੁਝ ਹੋ ਰਿਹਾ ਗੁਰੂ ਘਰ ਦੀ ਸੇਵਾ ਕਰਨ ਲੱਗ ਜਾਈਏ ਤਾਂ ਗੁਰਮੁਖੋ ਮੁੱਕਦੀ ਨਹੀਂ ਜੇ ਕਰਨ ਨੂੰ ਹਟ ਜਾਈਏ ਤਾਂ ਰੁਕਦੀ ਵੀ ਨਹੀਂ ਜ਼ਮੀਨ ਦਾ ਅੰਨ ਦਾਣਾ ਇੰਨਾ ਹੋ ਜਾਣਾ ਕਰਤਾਰਪੁਰ ਸਾਹਿਬ ਮੁੱਕਦਾ ਨਹੀਂ ਸੀ ਫਿਰ ਇਹ ਲੰਗਰ ਵਿੱਚ ਕਿਸੇ ਨੇ ਆਪਣਾ ਹਿੱਸਾ ਪਾ ਦੇਣਾ ਭਲੇ ਜਿਹੜੇ ਪੁਰਖ ਸੀ ਉਹਨਾਂ ਨੇ ਦਸਵੰਧ ਕੱਢ ਦੇਣਾ ਪਰ ਇਹ ਸਿੱਖ ਦੇ ਮਨ ਦੇ ਵਿੱਚ ਸ਼ੰਕਾ ਆ ਗਿਆ ਸੀ ਵੀ ਜਿਹੜਾ ਬਾਬਾ ਸ਼੍ਰੀ ਚੰਦ ਜੀ ਕੋਲ ਲੰਗਰ ਚੱਲਦਾ ਇਹ ਹੋਰ ਆ ਜੋ ਗੁਰੂ ਅੰਗਦ ਦੇਵ ਜੀ ਕੋਲ ਲੰਗਰ ਚੱਲਦਾ ਉਹ ਹੋਰ ਆ ਦੇਖੋ ਦੋਨੋਂ ਹੀ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੂੰ ਸਮਰਪਿਤ ਨੇ ਇਹਦੇ ਵਿੱਚ ਕੋਈ ਇਹ ਭੇਦ ਭਾਵ ਨਹੀਂ ਭਿੰਨਤਾ ਨਹੀਂ ਹੈਗੀ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਪਿਆਰ ਨਾਲ ਸਮਝਾਇਆ ਕਹਿਣ ਲੱਗੇ ਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਕੁਝ ਮਿਲਿਆ ਇਹ ਤਾਂ ਤੁਹਾਨੂੰ ਪਤਾ ਹੈ ਜੋਤ ਉਹਨਾਂ ਦੀ ਗੁਰੂ ਜੀ ਦੀ ਅੱਗੇ ਪ੍ਰਵੇਸ਼ ਕੀਤੀ ਪਿਤਾ ਜੀ ਦੀ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਪਰ ਇਹ ਨਹੀਂ ਤਾਂ ਆਪ ਜੀ ਨੂੰ ਪਤਾ ਵੀ ਸਤਿਗੁਰ ਦੇ ਜਿਹੜੇ ਪੁੱਤਰ ਹੁੰਦੇ ਆ ਸਾਹਿਬਜ਼ਾਦੇ ਆ ਉਹ ਉਹਨਾਂ ਨੂੰ ਵੀ ਬੜਾ ਕੁਝ ਦੇ ਗਏ ਇਹ ਦੱਸਣਾ ਜ਼ਰੂਰੀ ਸੀਗਾ ਵੀ ਸਾਨੂੰ ਵੀ ਪਿਤਾ ਜੀ ਨੇ ਖਾਲੀ ਨਹੀਂ ਰੱਖਿਆ ਹੁਣ ਗੁਰੂ ਪੁੱਤਰ ਹੋਵੇ ਉਹ ਖਾਲੀ ਕਿਵੇਂ ਰਹਿ ਜਾਣਗੇ ਮਤਾ ਸੰਸਾ ਕਰਨਾ ਉਹ ਗੱਲ ਜਿਹੜੀ ਆਪਾਂ ਕਹਿ ਦਿੰਦੇ ਹਾਂ ਜਿਹਨੇ ਬਾਣੀ ਦੀ ਬੇਅਦਬੀ ਕੀਤੀ ਹੋਵੇ ਗੁਰੂ ਜੀ ਉਹਦੇ ਨਾਲੋਂ ਨਾਤਾ ਤੋੜ ਲੈਂਦੇ ਆ ਜਿਵੇਂ ਸੱਤਵੇਂ ਪਾਤਸ਼ਾਹ ਜੀ ਗੁਰੂ ਹਰ ਰਾਏ ਸਾਹਿਬ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਕਹਿ ਦਿੱਤਾ ਤੁਸੀਂ ਬਾਣੀ ਦੀ ਪੰਗਤੀ ਬਦਲੀ ਆ ਇੱਕ ਬਾਦਸ਼ਾਹ ਨੂੰ ਖੁਸ਼ ਕਰਨ ਲਈ ਜਿੱਧਰ ਨੂੰ ਮੌਕਾ ਤੁਹਾਡਾ ਉੱਧਰ ਚਲੇ ਜਾਓ ਹੁਣ ਆਪਣਾ ਕੋਈ ਰਿਸ਼ਤਾ ਨਹੀਂ ਉੱਥੇ ਸਿੱਖੀ ਸਿਧਾਂਤਾਂ ਦੀ ਗੱਲ ਆ ਜਾਂਦੀ ਹੈ ਤਾਂ ਇੱਥੇ ਬਾਬਾ ਜੀ ਨੇ ਆਖਿਆ ਵੀ ਉਹੀ ਧਰਮਸਾਲਾ ਪਿਆਰੇ ਸਿੱਖ ਜੀ ਜਿੱਥੋਂ ਦੇ ਲੰਗਰ ਵਿੱਚ ਬਾਬਾ ਲਹਿਣਾ ਜੀ ਸਿਰ 'ਤੇ ਲੂਣ ਦੀ ਪੰਡ ਚੁੱਕ ਕੇ ਲਿਆਉਂਦੇ ਸੀ ਕਈ ਸਾਲ ਸੇਵਾ ਕਰਦੇ ਸੀ ਇਹ ਉਹੀ ਅਸਥਾਨ ਹੁਣ ਇਹ ਉੱਪਰਾ ਕਿਵੇਂ ਹੋ ਗਿਆ ਕਰਤਾਰਪੁਰ ਜਿਹੜਾ ਲੰਗਰ ਚੱਲ ਰਿਹਾ ਸਾਡੇ ਪਾਸ ਇਹ ਬਾਬਾ ਨਾਨਕ ਜੀ ਵਾਲਾ ਹੀ ਆ ਜੇ ਹੁਣ ਉਹ ਖਡੂਰ ਸਾਹਿਬ ਵਿੱਚ ਚਲੇ ਗਏ ਉੱਥੇ ਜਾ ਕੇ ਗੁਰੂ ਦੇ ਨਾਮ 'ਤੇ ਲੰਗਰ ਚੱਲ ਰਿਹਾ ਉਹ ਵੀ ਗੁਰੂ ਦਾ ਉਹ ਗੁਰੂ ਦਾ ਲੰਗਰ ਆ ਇਹ ਵੀ ਗੁਰੂ ਦਾ ਲੰਗਰ ਆ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਜਿੱਥੇ ਦੀ ਭਾਵਨਾ ਨਾਲ ਕੋਈ ਜਾਵੇਗਾ ਸਭ ਕੁਝ ਮਿਲ ਜਾਵੇਗਾ ਹਾਂ ਜੇ ਵਿਤਕਰਾ ਕਰੋਗੇ ਵੀ ਇਹ ਥਾਂ ਹੋਰ ਆ ਉਹ ਥਾਂ ਹੋਰ ਆ ਜਗ੍ਹਾ ਦਾ ਕੋਈ ਫਰਕ ਨਹੀਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਜਿੱਥੇ ਗੁਰੂ ਨਾਨਕ ਦੇਵ ਜੀ ਆਏ ਆ ਜਗ੍ਹਾ ਪੂਜਣ ਯੋਗ ਹੋ ਗਈ ਆ ਇਸ ਕਰਕੇ ਸ਼ਰਧਾ ਧਾਰ ਕੇ ਸੇਵਾ ਕਰਿਆ ਕਰੋ ਤਦ ਹੀ ਪ੍ਰਵਾਨ ਹੋਣੀ ਆ ਸਰਬੱਤ ਦੇ ਭਲੇ ਲਈ ਸੇਵਾ ਕਰਿਆ ਕਰੋ ਸੱਚੀ ਸੁੱਚੀ ਕਿਰਤ ਕਰਿਆ ਕਰੋ ਇਉਂ ਜਦੋਂ ਸਿੱਖ ਨੇ ਸੁਣਿਆ ਵੀ ਹਾਂ ਮੇਰੇ ਮਨ ਦੇ ਵਿੱਚ ਵਿਤਕਰਾ ਸੀ ਇੱਥੇ ਥੋੜ੍ਹੀ ਮਾਇਆ ਖਡੂਰ ਸਾਹਿਬ ਬਹੁਤੀ ਮਾਇਆ ਕਿਉਂਕਿ ਇੱਥੇ ਗੁਰੂ ਜੀ ਦੇ ਪੁੱਤਰ ਆ ਸੁਣਿਆ ਇਹ ਬਚਨ ਨਹੀਂ ਮੰਨਦੇ ਗੁਰੂ ਦਾ ਉਹ ਕਹਿਣ ਲੱਗੇ ਉੱਥੇ ਵੀ ਭਾਈ ਮਾਇਆ ਦੇ ਕੇ ਆਇਓ ਖਡੂਰ ਸਾਹਿਬ ਅਸੀਂ ਕਹਿ ਰਹੇ ਹਾਂ ਉਹ ਆਪਣਾ ਹੀ ਘਰ ਆ ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਕੋਈ ਬਗਾਨੇ ਥੋੜ੍ਹੀ ਆ ਉਹ ਸਾਡੇ ਨੇ ਉਹਨਾਂ ਨੂੰ ਜਾ ਕੇ ਕਹਿ ਦਿਓ ਅਸੀਂ ਤੇਰੇ ਅਤੇ ਤੁਸਾਂ ਸਾਡੇ ਹੋ ਆਪਣੇ ਵਿੱਚ ਕੋਈ ਫਰਕ ਨਹੀਂ ਉੱਥੋਂ ਦਾ ਲੰਗਰ ਵੀ ਆਪਣਾ ਹੀ ਆ ਤਾਂ ਇੱਥੋਂ ਹੁਣ ਬਾਬਾ ਸ਼੍ਰੀ ਚੰਦ ਜੀ ਦੀਆਂ ਇਹ ਜਨਮ ਸਾਖੀਆਂ 'ਚੋਂ ਪਤਾ ਲੱਗਣਾ
ਅਸਲ ਵਿੱਚ ਕਈ ਵਾਰੀ ਅਸੀਂ ਮੂਰਖਤਾ ਦੇ ਵੱਸ ਹੋ ਕੇ ਮਾਫ਼ ਕਰਨਾ ਕਹਿ ਦਿੰਦੇ ਹਾਂ ਬਾਬਾ ਸ਼੍ਰੀ ਚੰਦ ਜੀ, ਇਸ ਤਰ੍ਹਾਂ ਸਾਨੂੰ ਮਾੜਾ ਸ਼ਬਦ ਨਹੀਂ ਆਖਣਾ ਚਾਹੀਦਾ, ਕਦੇ ਵੀ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿ ਬਾਬਾ ਸ਼੍ਰੀ ਚੰਦ ਜੀ ਦਾ ਇਹ ਡੇਰਾ ਸਥਾਨ ਆ। ਨਹੀਂ ਜੀ, ਬਾਬਾ ਸ਼੍ਰੀ ਚੰਦ ਜੀ ਉਦਾਸੀਨ ਮਤ ਨਾਲ ਸੰਬੰਧ ਰੱਖਦੇ ਆ, ਉਹਨਾਂ ਦਾ ਭਾਵੇਂ ਵੱਖਰਾ ਪੰਥ ਆ, ਸਿਧਾਂਤ ਉਹਨਾਂ ਦੇ ਗੁਰੂ ਵਾਲੇ ਹੀ ਆ, ਸਿਧਾਂਤਾਂ ਵਿੱਚ ਕੋਈ ਫਰਕ ਨਹੀਂ। ਜਿਵੇਂ ਇਹਨੂੰ ਇਉਂ ਸਮਝੋ ਇੱਕ ਦਰਖਤ ਆ, ਦਰਖਤ ਦੀਆਂ ਵੱਖ ਵੱਖ ਟਾਹਣੀਆਂ ਹੁੰਦੀਆਂ ਨੇ ਨਾ, ਜੜ੍ਹ ਤਾਂ ਇੱਕ ਹੀ ਆ ਨਾ, ਇਹ ਜੜ੍ਹ ਇੱਕ ਹੀ ਆ। ਇਹਨਾਂ ਸਭ ਦਾ ਪ੍ਰਚਾਰ ਸੱਚੀ ਸੁੱਚੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਲੋਕਾਂ ਨੂੰ ਗੁਰਮਤਿ ਦ੍ਰਿੜ ਕਰਵਾਉਣੀ, ਨਾਮ ਨਾਲ ਜੋੜਨਾ, ਇਹਨਾਂ ਦਾ ਉਪਦੇਸ਼ ਜਿਹੜੇ ਆ ਉਹ ਇਹੀ ਰਹੇ ਆ, ਕੋਈ ਫਰਕ ਨਹੀਂ ਰਿਹਾ। ਇਸ ਕਰਕੇ ਫਿਰ ਉਹ ਸਿੱਖ ਨੇ ਮਾਫ਼ੀ ਮੰਗੀ, ਕਹਿਣ ਲੱਗਾ ਬਾਬਾ ਸ਼੍ਰੀ ਚੰਦ ਜੀ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਜੀ, ਕਿਰਪਾ ਕਰ ਦਿਓ, ਮੈਨੂੰ ਬਖਸ਼ ਲਓ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਅਸੀਂ ਤਾਂ ਤੁਹਾਨੂੰ ਮਾਫ਼ ਕਰ ਦਿੱਤਾ ਹੈ, ਪਰ ਤੁਸੀਂ ਹੁਣ ਜਦੋਂ ਜਾਓਗੇ ਤੁਸੀਂ ਅੱਗੇ ਖਡੂਰ ਸਾਹਿਬ, ਉੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੀ ਹੋਣਗੇ ਗੁਰੂ ਅੰਗਦ ਦੇਵ ਜੀ ਵਿੱਚੋਂ। ਫਿਰ ਉਹਨਾਂ ਨੇ ਆਪਣੀ ਜਿਹੜੀ ਭੇਟਾ ਸੀਗੀ ਲਿਆਂਦੀ ਹੋਈ, ਕਹਿਣ ਲੱਗੇ ਤੁਸੀਂ ਵੀ ਗੁਰੂ ਜੀ ਦੇ ਸਾਹਿਬਜ਼ਾਦੇ ਹੋ, ਉਹ ਭੇਟਾ ਅੱਗੇ ਧਰੀ। ਪਰ ਬਾਬਾ ਜੀ ਨੇ ਆਖਿਆ ਨਹੀਂ ਨਹੀਂ, ਇਹ ਤੁਸੀਂ ਹੁਣ ਉੱਥੇ ਹੀ ਦੇ ਦਿਓ, ਇਹ ਹੁਣ ਅਸੀਂ ਲੈਣਾ ਨਹੀਂ ਚਾਹੁੰਦੇ ਆਪ ਜੀ ਪਾਸੋਂ, ਇਹ ਕੋਈ ਗੁੱਸਾ ਗਿੱਲਾ ਜਾਂ ਸ਼ਿਕਵਾ ਨਹੀਂ ਹੈ, ਹੁਣ ਤੁਸੀਂ ਇਹ ਸਾਡੇ ਵੱਲੋਂ ਵੀ ਉਹ ਲੰਗਰਾਂ 'ਚ ਪਾ ਦਿਓ, ਉਹ ਵੀ ਆਪਣਾ ਹੀ ਲੰਗਰ ਆ, ਅਸੀਂ ਤੇਰੇ ਅਤੇ ਤੇਰੇ ਜੇ ਕਈਆਂ ਨੂੰ ਹੋਰ ਸਮਝਾਉਣ ਲਈ ਇਹ ਕਾਰਜ ਕੀਤਾ, ਸਾਨੂੰ ਮਾਇਆ ਦੀ ਲੋੜ ਨਹੀਂ। ਬਾਬਾ ਸ਼੍ਰੀ ਚੰਦ ਜੀ ਨੂੰ ਕੋਈ ਮਾਇਆ ਦੀ ਲੋੜ ਥੋੜ੍ਹੀ ਆ ਜੀ, ਉਹ ਤਾਂ ਉਹਨਾਂ ਦੀ ਅਵਸਥਾ ਹੀ ਇੰਨੀ ਉੱਚੀ ਸੀ, ਅੱਖਾਂ ਮੀਟ ਕੇ ਬੈਠੇ ਰਹਿਣਾ, ਕਈ ਕਈ ਦਿਨ ਸਮਾਧੀ ਲਾਈ ਜਾਣੀ, ਅਤੇ ਮਾਇਆ ਫਿਰ ਜਿਹੜੀ ਸੀ ਮੱਥਾ ਟੇਕਿਆ, ਉਹ ਵੀ ਆਖਿਆ ਖਡੂਰ ਸਾਹਿਬ ਵੀ ਦੇ ਦਿਓ, ਸਾਡੇ ਵੱਲੋਂ ਵੀ ਹੋਰ ਮਾਇਆ ਲੈ ਜਾਓ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਭੇਟ ਕਰ ਦਿਓ। ਕਿੱਡੀ ਵੱਡੀ ਗੱਲ ਆ ਇਹ, ਆਪਣੇ ਆਪ ਦੇ ਵਿੱਚ ਇਹਨੂੰ ਸਮਝਣ ਦਾ ਯਤਨ ਕਰੀਏ। ਫਿਰ ਬਾਬਾ ਸ਼੍ਰੀ ਚੰਦ ਜੀ ਉਹ ਕਹਿਣ ਲੱਗੇ ਕਿ ਸਤਿਗੁਰੂ ਦੇ ਸਿੱਖਾਂ ਦੇ ਚਰਨਾਂ ਦੀ ਧੂੜ, ਇਹਦੇ ਨਾਲ ਪਾਪੀ ਵੀ ਜਿਹੜੇ ਆ ਉਹਨਾਂ ਦੀ ਗਤੀ ਹੋ ਜਾਂਦੀ ਆ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਹੇ। ਇਸ ਕਰਕੇ ਜਿਹੜੇ ਵਾਹਿਗੁਰੂ ਦੇ ਸੱਚੇ ਗੁਰਸਿੱਖ ਆ ਉਹਨਾਂ ਦੇ ਚਰਨਾਂ ਦੀ ਖਾਕ ਧੂੜੀ ਜੇ ਮਿਲ ਜਾਵੇ, ਵਿਕਾਰੀ ਜੀਵਨ ਜਿਹੜੇ ਆ ਜਿਉਣ ਵਾਲੇ ਬੰਦੇ ਵੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਆ, ਏਡੀ ਰਹਿਮਤ ਹੋ ਜਾਂਦੀ ਆ। ਪਰ ਗੱਲ ਤਾਂ ਇਹ ਆ ਨਾ ਗੁਰਮੁਖੋ, ਗੱਲ ਸਾਰੀ ਨਾਮ ਦੀ ਕਮਾਈ 'ਤੇ ਆ ਕੇ ਟਿਕਦੀ ਆ, ਕਿ ਕਿੰਨੀ ਕੋਈ ਭਜਨ ਬੰਦਗੀ ਕਰਦਾ, ਪਰ ਅਸਲ ਦੇ ਵਿੱਚ ਹੁੰਦਾ ਇਉਂ ਆ ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਬੜੰਤੋ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਕਿ ਜਿਹੜੇ ਬੰਦੇ ਗੁਰੂ ਦੀ ਸ਼ਰਨ ਨਹੀਂ ਆਉਂਦੇ ਉਹਨਾਂ ਵੱਲੋਂ ਟਾਲ ਮਟੋਲੇ ਕੀਤੇ ਜਾਂਦੇ ਆ, ਅੱਜ ਭਲਕ ਕਰਦੇ ਹਾਂ, ਉਹਨਾਂ ਦੀ ਉਮਰ ਗੁਜ਼ਰ ਜਾਂਦੀ ਆ ਕਿ ਚਲੋ ਅੱਜ ਨਹੀਂ ਕੱਲ੍ਹ ਨਾਮ ਜਪ ਲਾਂਗੇ, ਵਿਕਾਰਾਂ ਅਤੇ ਆਸਾਂ ਦਾ ਜਿਹੜਾ ਵਿਆਜ ਵੱਧਦਾ ਹੀ ਜਾਂਦਾ, ਜਿਵੇਂ ਆਪਾਂ ਵਿਆਜ 'ਤੇ ਪੈਸੇ ਲੈ ਲਈਏ ਉਹ ਵੱਧਦੇ ਹੀ ਜਾਂਦੇ ਆ, ਫਿਰ ਇਵੇਂ ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਉਹ ਨਾ ਰੱਬ ਦਾ ਸਿਮਰਨ ਕਰਦੇ ਆ, ਵਿਕਾਰਾਂ ਅਤੇ ਆਸਾਂ 'ਤੇ ਇਹ ਲੇਖ ਜਿਹੜਾ ਆ ਕੇ ਮੁੱਕਦਾ, ਅਤੇ ਇਵੇਂ ਉਹਨਾਂ ਦੀ ਮੌਤ ਜਿਹੜੀ ਆ ਹੋ ਜਾਂਦੀ ਆ, ਫਿਰ ਉਹਨਾਂ ਦੀ ਜ਼ਿੰਦਗੀ ਦਾ ਕੀ ਸਿਰਾ ਹੁੰਦਾ, ਅਤੇ ਜਿਹੋ ਜਿਹੇ ਆਏ ਜਿਹੋ ਜਿਹੇ ਚਲੇ ਗਏ, ਇਹੋ ਜਿਹੀ ਉਹਨਾਂ ਦੀ ਗੱਲਬਾਤ ਹੁੰਦੀ ਆ ਜੀ। ਕਬੀਰ ਚਾਵਲ ਕਾਰਣੇ ਤੁਖ ਕੋ ਮੋਹਲੀ ਲਾਏ, ਸੰਘ ਕੁ ਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਫਿਰ ਧਰਮ ਰਾਜ ਦੇ ਦਰਬਾਰ ਵਿੱਚ ਇਹਨਾਂ ਬੰਦਿਆਂ ਨੂੰ ਵਿਕਾਰੀਆਂ ਦੀ ਸੋਬਤ ਵਿੱਚ ਬੈਠਣ ਕਰਕੇ ਸੱਟ ਪੈਂਦੀ ਆ,
ਧਰਮਰਾਜ ਲੇਖਾ ਮੰਗਦਾ ਹੈ, ਸਭ ਕੁਝ ਇਹਨਾਂ ਨਾਲ ਹੁੰਦਾ। ਜਿਵੇਂ ਗੁਰਮੁਖ ਪਿਆਰਿਓ ਚੌਲਾਂ ਦੇ ਉਹਨਾਂ ਨੂੰ ਕੁੱਟ ਕੁੱਟ ਕੇ ਛਿਲਕੇ ਵੱਖਰੇ ਕੀਤੇ ਜਾਂਦੇ ਆ, ਇਵੇਂ ਉਹਨਾਂ ਨੂੰ ਸੱਟ ਵੱਜਦੀ ਆ। ਤਾਂ ਇਹ ਜੀਵਨ ਐਸਾ ਨਹੀਂ ਬਣਾਉਣਾ। ਫਿਰ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ ਕਰਾਮਾਤ ਕਹਿ ਲਈਏ, ਕਈ ਵਾਰੀ ਸਮਝਾਉਣ ਦੀ ਖਾਤਰ ਕੋਈ ਕਲਾ ਵਰਤਾ ਦੇਣੀ। ਤਾਂ ਕੁਝ ਅੱਜ ਵੀ ਹੈਗੇ ਇਹੋ ਜਿਹੇ ਲੋਕ ਜਿਹੜੇ ਕਿਸੇ ਨੂੰ ਹਿਪਨੋਟਾਈਜ਼ ਕਰਕੇ ਅਤੇ ਉਹਨਾਂ ਨੂੰ ਇੱਕ ਜਗ੍ਹਾ 'ਤੇ ਟਿਕਾ ਦਿੰਦੇ ਆ, ਹਿੱਲ ਨਹੀਂ ਸਕਦੇ। ਕੁਝ ਲੋਕ ਆ ਇਹ ਸਿੱਧੀ ਦਾ ਜਿਹੜਾ ਆਪਣੀ ਜਿਹੜੀ ਇਹ ਗਿਆਨ ਆਪਣੀ ਕਲਾ ਵਾ ਉਹਦਾ ਇਸਤੇਮਾਲ ਕਰਦੇ ਆ ਕਿਸੇ ਨੂੰ ਲੁੱਟਣ ਵਾਸਤੇ। ਇਹ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ। ਕੁਝ ਗੁਰਸਿੱਖ ਹੁਣ ਹੈਗੇ ਆ ਜਿਹੜੇ ਇਸ ਤਰ੍ਹਾਂ ਕਿਸੇ ਨੂੰ ਵੱਸ 'ਚ ਕਰ ਲੈਂਦੇ ਆ, ਉਹ ਇਹ ਉਹਨਾਂ ਦੀ ਵਿੱਦਿਆ ਪੜ੍ਹੀ ਹੋਈ ਆ। ਇਹ ਵਿੱਦਿਆ ਪੜ੍ਹਨ ਕਰਕੇ ਉਹ ਕਹਿੰਦੇ ਨੇ ਵੀ ਹਾਂ, ਜੇ ਤੁਸੀਂ ਵਿੱਦਿਆ ਪੜ੍ਹਦੀ ਆ ਇਹਦਾ ਗਲਤ ਇਸਤੇਮਾਲ ਨਹੀਂ ਕਰਨਾ। ਜਿਵੇਂ ਬਾਬਾ ਸ਼੍ਰੀ ਚੰਦ ਜੀ ਨੇ ਧਰਤੀ ਨੂੰ ਚੁੰਬਕ ਬਣਾ ਦਿੱਤਾ, ਉਹਨੂੰ ਬਿਠਾ ਦਿੱਤਾ ਸਿੱਖ ਨੂੰ, ਕੀਤਾ ਕਿਉਂ? ਉਹਨਾਂ ਦੀ ਭਾਵਨਾ ਗਲਤ ਨਹੀਂ ਸੀ, ਉਹਨਾਂ ਨੇ ਸਮਝਾਉਣਾ ਸੀ। ਆਖਿਆ ਗੁਰੂ ਲੰਗਰ ਦੀ ਮਹੱਤਤਾ ਪ੍ਰਗਟਾਉਣ ਵਾਸਤੇ, ਸੰਗਤਾਂ ਨੂੰ ਸਮਝਾਉਣ ਵਾਸਤੇ ਇਹ ਇੱਕ ਕਲਾ ਪ੍ਰਗਟ ਕੀਤੀ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਤੈਨੂੰ ਦਿਖਾਉਣਾ ਚਾਹੁੰਦੇ ਹਾਂ ਅਸੀਂ ਵੱਡੇ ਹਾਂ, ਸਮਝਾਉਣ ਲਈ ਕੀਤਾ। ਵੱਡਿਆਂ ਦਾ ਮਤਲਬ ਹੁੰਦਾ ਸਮਝਾਉਣਾ, ਅਤੇ ਛੋਟਿਆਂ ਨੂੰ ਸਮਝਾਉਣ ਲਈ ਕਈ ਵਾਰੀ ਵੱਖ ਵੱਖ ਤਰੀਕੇ ਅਪਣਾਉਣੇ ਪੈਂਦੇ ਆ, ਕਈ ਵਾਰੀ ਕੋਈ ਸ਼ਬਦਾਂ ਨਾਲ ਨਹੀਂ ਮੰਨਦਾ। ਹੁਣ ਸੱਜਣ ਠੱਗ ਦੀ ਆਪਾਂ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰੀ ਕੀਰਤਨ ਸੁਣਾ ਕੇ ਕਿਹਾ ਭਾਈ ਸੱਜਣ ਬਣ ਜਾ, ਸਮਝ ਗਿਆ। ਕੁਝ ਲੋਕ ਆ ਜਿਹੜੇ ਨਹੀਂ ਸਮਝਦੇ, ਬਲੀ ਕੰਧਾਰੀ ਨਹੀਂ ਸਮਝਿਆ, ਉਹਨੂੰ ਆਖਿਆ ਪਾਣੀ ਸਭ ਦਾ ਸਾਂਝਾ, ਰਾਹੀਆਂ ਪਾਂਦੀਆਂ ਦੀ ਸੇਵਾ ਕਰਿਆ ਕਰੋ, ਨਹੀਂ ਮੰਨਿਆ। ਪੱਥਰ ਰੋੜਿਆ ਉਹਨੇ ਤਾਂ ਮਹਾਰਾਜ ਨੂੰ ਮਾਰਨ ਵਾਸਤੇ। ਪੰਜਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਸੁਸ਼ੋਭਿਤ ਆ, ਪੰਜਾ ਲਾਇਆ ਮਹਾਰਾਜ ਨੇ ਪੱਥਰ ਵਿੱਚ। ਤਾਂ ਇਹ ਚੀਜ਼ਾਂ ਸਾਰੀਆਂ ਜਿੰਨੀਆਂ ਵੀ ਹੋਈਆਂ ਨੇ, ਜਿੰਨੀਆਂ ਵੀ ਘਟਨਾਵਾਂ ਨੇ, ਇਹਨਾਂ ਨੂੰ ਸਮਝਣ ਦਾ ਥੋੜ੍ਹਾ ਆਪਾਂ ਯਤਨ ਕਰਨਾ ਹੈ ਕਿ ਇਹ ਸਭ ਕਿਉਂ ਵਾਪਰਦੀਆਂ ਨੇ। ਉਹ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ, ਗੁਰੂ ਜੀ ਨੇ ਪੰਜਾ ਨਾਲ ਪੱਥਰ ਨੂੰ ਕਿਉਂ ਰੋਕਣਾ ਪਿਆ? ਕਿਉਂਕਿ ਸ਼ਬਦਾਂ ਨਾਲ ਨਹੀਂ ਸੀ ਸਮਝ ਰਿਹਾ। ਕੁਝ ਲੋਕ ਹੁੰਦੇ ਆ ਜਦੋਂ ਸ਼ਬਦਾਂ ਨਾਲ ਸਮਝ ਜਾਂਦੇ ਆ ਉੱਥੇ ਕੋਈ ਕਲਾ ਦਿਖਾਉਣ ਦੀ ਲੋੜ ਨਹੀਂ ਪੈਂਦੀ। ਜਿਹੜਾ ਕੋਈ ਨਹੀਂ ਸਮਝਦਾ ਉਹਨੂੰ ਮਤ ਦੇਣ ਵਾਸਤੇ ਫਿਰ ਇਹੋ ਜਿਹੇ ਮਹਾਂਪੁਰਖ ਜਿਹੜੇ ਆ ਇਹ ਸਿੱਧੀ ਵਰਤ ਲੈਂਦੇ ਆ, ਪਰ ਇਹਦੇ ਨਾਲ ਕਿਸੇ ਦਾ ਬੁਰਾ ਨਹੀਂ ਕਰਦੇ। ਜਿਵੇਂ ਕੁਝ ਲੋਕ ਵਿੱਦਿਆ ਪੜ੍ਹਦੇ ਆ, ਜਾਦੂ ਟੂਣਿਆਂ ਦੇ ਚੱਕਰਾਂ 'ਚ ਪੈ ਜਾਂਦੇ ਆ, ਤੰਤਰਾਂ ਮੰਤਰਾਂ ਦੇ, ਪਰ ਉਹਨਾਂ ਦੀ ਜ਼ਿੰਦਗੀ ਤਾਂ ਮਾੜੀ ਆ ਨਾ, ਇਸ ਕਰਕੇ ਭਾਈ ਉਹ ਬੁਰਾ ਕਰਦੇ ਆ। ਤਾਂ ਮਹਾਂਪੁਰਖ ਕਿਸੇ ਦਾ ਬੁਰਾ ਨਹੀਂ ਕਰਦੇ ਹੁੰਦੇ। ਤਾਂ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਵੀ ਆਹ ਮਾਇਆ ਤੁਸੀਂ ਲੈ ਜਾਓ, ਉਹ ਵੀ ਆਪਣਾ ਹੀ ਘਰ ਆ, ਕੋਈ ਬਗਾਨਾ ਨਹੀਂ। ਗੁਰੂ ਅੰਗਦ ਦੇਵ ਜੀ ਸਾਡੇ ਨੇ, ਇਹਦੇ ਵਿੱਚ ਜੇ ਤੁਸੀਂ ਇਹਨੂੰ ਸਮਝ ਲਿਆ ਵੀ ਸਾਡੇ ਨੇ, ਉਹ ਕਹਿ ਰਹੇ ਆ, ਤਾਂ ਬਸ ਸਾਰਾ ਭੇਦ ਭਾਵ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੂਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਹੁ ਬਣਿਆਈ। ਸਾਰੇ ਭੇਦ ਦੇ ਵਿੱਚ ਹੀ ਹਾਂਜੀ, ਸਤਿਗੁਰੂ ਜੀ ਮਿਹਰਮਤ ਕਰਨ, ਤਰਸ ਕਰਨ, ਦਇਆ ਕਰਨ, ਬੰਦਗੀ ਦੀ ਦਾਤ ਸਾਡੀ ਝੋਲੀ ਵਿੱਚ ਪਾਉਣ ਜੀ। ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਇਸ ਤਰ੍ਹਾਂ ਫਿਰ ਉਹ ਸਿੱਖ ਪਹੁੰਚਿਆ ਗੁਰੂ ਅੰਗਦ ਦੇਵ ਜੀ ਕੋਲ, ਲੰਗਰਾਂ ਵਿੱਚ ਹਿੱਸਾ ਪਾਇਆ, ਸੇਵਾ ਕੀਤੀ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਭੁੱਲ ਚੁੱਕ ਦੀ ਖਿਮਾ ਜੀ, ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।